ਕਹਾਣੀ ਉਹਨਾਂ ਕਿਸਾਨ ਤੇ ਮਜ਼ਦੂਰ ਲੋਕਾਂ ਦੀ ਹੈ ਜੋ ਆਪਣੇ ਹੱਕਾਂ ਦੇ ਲਈ ਦਿੱਲੀ ਵਿੱਚ ਬੈਠੇ ਸੰਘਰਸ਼ ਕਰ ਰਹੇ ਹੈ। ਕ੍ਰਿਸ਼ਨ ਕੁਰੰਗਾਵਾਲੀ ਦੀਆਂ ਲਿਖੀਆਂ ਲੈਣਾ ਸੋ ਦੱਸੀ ਖਾ ਭੁੰਦੜ ਵਾਲਿਆ ਕੀ ਕਹਿੰਦੇ ਨੇ। ਇਹ ਧਰਤੀ ਨੇ ਭਗਤ ਸਿੰਘ ਜੈ ਸੂਰ ਮੈਂ ਜੰਮੇ ਨੇ तेरे कम निकम्मे ने हर वारी नल दिलिए तेरे कम निकम्मे ने हो गया सब धर्मां दा एका हुण कट्ठे हो जुड़ना आए रखी हाथ मेर दा दाके जंगलू चितके मुड़ना है रखी हाथ मेर दा साइया जंगलू चितके मुड़ना है। ਪੌਣੀਆਂ ਮੁੱਢ ਤੋਂ ਸਾਡੇ ਖੂਨ ਚ ਰਚੀਆਂ ਨੇ ਉਹ ਨਾਲੇ ਪਤਾ ਹੈ ਦਿਲੀਏ ਤੈਨੂੰ ਇਹ ਤਾਂ ਗੱਲਾਂ ਸੱਚੀਆਂ ਨੇ ਪਤਾ ਹੈ ਦਿਲੀਏ ਤੈਨੂੰ ਇਹ ਤਾਂ ਗੱਲਾਂ ਸੱਚੀਆਂ ਨੇ ਪੰਜਾਬ ਨੂੰ ਕੱਲਾ ਯੂਪੀ ਵਿਹਾਰ ਹਰਿਆਣਾ ਜੁੜਨਾ ਏ ਰੱਖੀ ਹੱਥ ਮੇਰ ਦਾਦਾ ਕੇ ਜੰਗ ਨੂੰ ਜਿੱਤ ਕੇ ਮੁੜਨਾ ਏ ਰੱਖੀ ਹੱਥ ਮੇਰ ਦਾ ਸਾਈਆਂ ਜੰਗ ਨੂੰ ਜਿੱਤ ਕੇ ਮੁੜਨਾ ਏ ਓ ਬਾਬਾ ਬੰਦਾ ਸਿੰਘ ਬਹਾਦਰ ਦੇ ਅਸੀਂ ਦਿੱਲੀਏ ਵਾਰਸ ਨੀ ਹੱਥ ਸਿਰ ਤੇ ਗੁਰੂਆਂ ਪੀਰਾਂ ਦੇ ਰੱਖੀ ਹੈ ਵਿਸ਼ਵਾਸ ਨੀ ਹੱਥ ਸਿਰ ਤੇ ਗੁਰੂਆਂ ਪੀਰਾਂ ਦੇ ਰੱਖੀ ਹੈ ਵਿਸ਼ਵਾਸ ਨੀ ਮੂੰਹ ਮੋੜਦੀ ਏ ਦਰਿਆਵਾਂ ਦੇ ਤੂੰ ਲੂਣ ਵਾਂਗਰਾ ਖੁਰਨਾ ਏ ਰੱਖੀ ਹੱਥ ਮੇਰ ਦਾਦਾ ਕੇ ਜੰਗ ਨੂੰ ਜਿੱਤ ਕੇ ਮੁੜਨਾ ਏ ਰੱਖੀ ਹੱਥ ਮੇਰ ਦਾ ਸਾਈਆਂ ਜੰਗ ਨੂੰ ਜਿੱਤ ਕੇ ਮੁੜਨਾ ਏ ਬਣਾ ਲਿਆ ਨੀ ਹੁਣ ਜ਼ਾਲਮ ਸਰਕਾਰੇ ਇਹ ਕੀ ਰੂਪ ਬਣਾ ਲਿਆ ਨੀ ਹੱਕ ਸੱਚ ਲਈ ਕ੍ਰਿਸ਼ਨਾ ਇਕੱਠਿਆਂ ਹੋ ਕੇ ਤੁਰਨਾ ਏ ਰੱਖੀ ਹੱਥ ਮੇਰ ਦਾਦਾ ਤੇ ਜੰਗ ਨੂੰ ਜਿੱਤ ਕੇ ਮੁੜਨਾ ਏ ਰੱਖੀ ਹੱਥ ਮੇਰ ਦਾ ਸਾਈਆਂ ਜੰਗ ਨੂੰ ਜਿੱਤ ਕੇ ਮੁੜਨਾ ਏ।